ਇਸ ਗੱਲ ਤੋਂ ਅੱਜ ਤੋਂ ਚਾਰ ਦਿਨ ਪਹਿਲਾਂ ਵੀ ਇਹਦੇ ਗੱਲ ਪਏ ਆ ਅਤੇ ਚਲੋ ਉੱਦਣ ਕੁਛ ਇਹਦੇ ਨਾਲ ਦੇ ਸਾਥੀਆਂ ਨੇ ਇਹਨਾਂ ਨੂੰ ਛਡਾਤਾ ਆ। ਅੱਜ ਇਹ ਦਵਾਈ ਖਾਨ ਘਰੋਂ ਆਇਆ ਆ ਗੁਰੂ ਨਾਨਕ ਹਸਪਤਾਲ, ਅਤੇ ਬਾਹਰ ਗੇਟ ਦੇ ਨਾਲ ਹੀ ਖੋਖਾ ਆ, ਉੱਥੇ ਖੜ੍ਹ ਕੇ ਸਿਗਰਟ ਪੀ ਰਿਹਾ ਆ। ਉਹ 8 ਤੋਂ 9 ਬੰਦੇ ਆਏ ਆ, ਉਹਨਾਂ ਆਉਂਦਿਆਂ ਇਹਨੂੰ ਸਿਗਰਟ ਪੀਂਦਿਆਂ ਮਤਲਬ ਦਾਤਰ ਕਿਰਪਾਨਾਂ ਨਾਲ ਵਾਰ ਕੀਤੇ ਆ। ਜੋ ਇਹਦਾ ਇਹ ਗੁੱਟ ਆ ਉਹ ਵੱਢਿਆ ਆ, ਸਿਰ ਦੇ ਵਿੱਚ ਸੱਟਾਂ ਆ, ਸੱਜੀ ਬਾਂਹ 'ਤੇ ਸੱਟਾਂ ਆ, ਲੱਕ ਦੇ ਵਿੱਚ ਸੱਟਾਂ ਆ। ਸਰ ਤੁਹਾਡਾ ਨਾਮ? ਬਲਕਾਰ ਸਿੰਘ। ਮੇਰਾ ਨਾਮ ਬਲਕਾਰ ਸਿੰਘ ਜੀ। ਤੁਹਾਡੇ ਬੇਟੇ ਦੇ ਸੱਟਾਂ ਵੱਜੀਆਂ, ਕਿਉਂ ਵੱਜੀਆਂ ਅਤੇ ਕਿਹਨੇ ਮਾਰੀਆਂ? ਇਹ ਮੈਨੂੰ ਤਾਂ ਮੈਂ ਇਹ ਜਦੋਂ ਸਵੇਰੇ ਆ ਜਾਏ ਇੱਥੇ ਦਵਾਈ ਖਾਣ ਆਉਂਦਾ ਹਸਪਤਾਲ, ਇਹ ਨਸ਼ਾ ਛੁਡਾਊ ਕੇਂਦਰ 'ਚ ਹੁੰਦਾ ਦਵਾਈ ਛੁਡਾ ਖਾਣ ਵਾਸਤੇ, ਅਤੇ ਦਵਾਈ ਖਾਣ ਆਇਆ ਆ। ਦਵਾਈ ਖਾਣ ਆਇਆ ਅਤੇ ਮੈਂ ਘਰ ਸੀ, ਅਤੇ ਮੈਨੂੰ ਇੱਥੋਂ ਫੋਨ ਗਿਆ ਆ ਕਿ ਤੁਹਾਡੇ ਬੇਟੇ ਨੂੰ ਕਿਸੇ ਨੇ ਦਾਤਰਾਂ ਨਾਲ ਵੱਢਿਆ ਆ, ਅਤੇ ਮੈਂ ਉਸੇ ਟਾਈਮ ਇੱਥੇ ਆ ਗਿਆ। ਮੈਂ ਵੇਖਿਆ ਅਤੇ ਇਹਦੀ ਹਾਲਤ ਜਿਹੜੀ ਬਹੁਤ ਕ੍ਰਿਟੀਕਲ ਆ, ਮਤਲਬ ਬਹੁਤ ਜਲਦੀ ਨਾਜ਼ੁਕ ਆ, ਕਿਉਂਕਿ ਇਹ ਕਿਤੇ ਗੁੱਟ 'ਤੇ ਸੱਟ ਲੱਗੀ, ਖੱਬਾ ਗੁੱਟ ਵੱਢਿਆ ਆ, ਅਤੇ ਸਿਰ 'ਚ ਸੱਟ ਲੱਗੀ ਅਤੇ ਸੱਜੀ ਬਾਂਹ 'ਤੇ ਲੱਗੀ ਆ। ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਸੀ ਕਿ ਇਹਦੇ ਬਾਰੇ ਮੈਨੂੰ ਨਹੀਂ ਜੇ ਪਤਾ? ਦਾਤਰ ਮਾਰਦੇ ਇਹਦੇ ਬਾਰੇ ਮੈਨੂੰ ਨਹੀਂ ਜੇ ਪਤਾ। ਮੈਂ ਤਾਂ ਸਿਰਫ ਹੁਣ ਅੱਜ ਮੈਨੂੰ ਹੁਣ ਹੀ ਪਤਾ ਲੱਗਾ ਕਿ ਉਹ ਜਿਹੜਾ ਵਿੱਕੀ ਪਾਟਾ ਆ, ਇੱਥੋਂ ਪਤਾ ਲੱਗਾ ਲੱਕੀ ਪਾਟਾ ਆ, ਉਹਨੇ ਇਹਦੇ ਮਤਲਬ ਦਾਤਰ ਮਾਰੇ, ਉਹਨੇ ਪੈਸਿਆਂ ਦੀ ਮੰਗ ਕੀਤੀ। ਅੱਜ ਤੱਕ ਮੇਰੇ ਨਾਲ ਇਹਦਾ ਬੱਚੇ ਦੀ ਨਹੀਂ ਗੱਲਬਾਤ ਹੋਈ। ਇਹ ਤੁਹਾਡਾ ਬੇਟਾ ਵੀ ਡਰੱਗ ਟਿਕ ਅੱਗੇ ਸੀ, ਨਸ਼ੇ ਵਗੈਰਾ ਕਰਦਾ ਸੀ? ਇਹ ਨਸ਼ੇ ਦੀ ਦਵਾਈ ਕਰਦਾ ਜੀ, ਨਸ਼ੇ ਦੀ ਦਵਾਈ ਖਾਂਦਾ ਸੈਂਟਰ 'ਚੋਂ। ਠੀਕ ਹੈ, ਤੁਸੀਂ ਹੁਣ ਕੀ ਮੰਗ ਕਰਦੇ ਸਰ? ਅਸੀਂ ਮੰਗ ਕਰਦੇ ਕਿ ਇਨਸਾਫ ਮਿਲਣਾ ਚਾਹੀਦਾ, ਉਹ ਜਿੰਨੇ ਬੰਦੇ ਨੇ ਇਹ ਕੰਮ ਕੀਤਾ ਆ ਉਹਨੂੰ ਉਹ ਤੋਂ ਇਨਸਾਫ ਦਵਾਇਆ ਜਾਵੇ, ਉਹਨੂੰ ਸਜ਼ਾ ਦਿੱਤੀ ਜਾਵੇ। ਧੰਨਵਾਦ। ਮੇਰਾ ਨਾਮ ਸੁਖ ਸਤਨਾਮ ਸਿੰਘ ਹੈ ਜੀ। ਸਤਨਾਮ ਸਿੰਘ ਜੀ, ਕੀ ਗੱਲ ਹੋਈ ਜਿਹੜੇ ਮੁੰਡੇ ਨੂੰ ਸੱਟਾਂ ਲੱਗੀਆਂ, ਕੀ ਲੱਗਦਾ ਤੁਹਾਡਾ ਤੇ ਕੈਮਰਾ ਦਾ ਲੱਗੀ? ਸਰ ਇਹ ਮੇਰਾ ਭਤੀਜਾ, ਇਹਦਾ ਨਾਮ ਅਮਨਪ੍ਰੀਤ ਸਿੰਘ ਆ, ਹੈਪੀ। ਸਰ ਇਹ ਦਵਾਈ ਖਾਣ ਆਉਂਦਾ ਗੁਰੂ ਨਾਨਕ ਹਸਪਤਾਲ ਤੋਂ ਨਸ਼ਾ ਛਡਾਊ। ਸਰ ਇਹ ਅੱਜ ਤੋਂ 3-4 ਦਿਨ ਪਹਿਲਾਂ ਜੋ ਇਹ ਲੜਕਾ ਆ ਇਹਦਾ ਨਾਮ ਲੱਕੀ ਪਾਟਾ ਆ, ਇਹਨਾਂ ਦਾ ਪਹਿਲਾਂ ਇਹ ਇਕੱਠੇ ਹੀ ਜਾਂ ਇਹਦੇ ਬਾਰੇ ਜਾਣਕਾਰੀ ਮੈਨੂੰ ਮਿਲੀ ਆ, ਇਕੱਠੇ ਰਹਿੰਦੇ ਸੀ, ਅਤੇ ਲੱਕੀ ਪਾਟੇ ਨੇ ਇਹਦੇ ਕੋਲ ਪੈਸੇ ਮੰਗੇ ਆ, ਅਤੇ ਉਹਨੇ ਕਿਹਾ ਮੇਰੇ ਕੋਲ ਪੈਸੇ ਹੈ ਨਹੀਂ ਆ, ਅਤੇ ਉਹ ਆਉਂਦਾ ਮੈਨੂੰ 100 ਰੁਪਈਆ, ਅਤੇ ਉਹਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ, ਸਾਹਮਣੇ ਦੇਖੋ ਮੇਰੇ ਕੋਲ ਪੈਸੇ ਨਹੀਂ ਹੈਗੇ ਅਤੇ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ। ਇਸ ਗੱਲ ਤੋਂ ਅੱਜ ਤੋਂ 4 ਦਿਨ ਪਹਿਲਾਂ ਵੀ ਇਹਦੇ ਗੱਲ ਪਏ ਆ, ਅਤੇ ਚਲੋ ਉੱਦਣ ਕੁਛ ਇਹਦੇ ਨਾਲ ਦੇ ਸਾਥੀਆਂ ਨੇ ਇਹਨਾਂ ਨੂੰ ਛਡਾਤਾ ਆ। ਅੱਜ ਇਹ ਦਵਾਈ ਖਾਨ ਘਰੋਂ ਆਇਆ ਆ ਗੁਰੂ ਨਾਨਕ ਹਸਪਤਾਲ, ਅਤੇ ਬਾਹਰ ਗੇਟ ਦੇ ਨਾਲ ਹੀ ਖੋਖਾ ਆ, ਉੱਥੇ ਖੜ੍ਹ ਕੇ ਸਿਗਰਟ ਪੀ ਰਿਹਾ ਆ। ਉਹ 8 ਤੋਂ 9 ਬੰਦੇ ਆਏ ਆ, ਉਹਨਾਂ ਆਉਂਦਿਆਂ ਇਹਨੂੰ ਸਿਗਰਟ ਪੀਂਦਿਆਂ ਮਤਲਬ ਦਾਤਰ ਕਿਰਪਾਨਾਂ ਨਾਲ ਵਾਰ ਕੀਤੇ ਆ। ਜੋ ਇਹਦਾ ਇਹ ਗੁੱਟ ਆ ਉਹ ਵੱਢਿਆ ਆ, ਸਿਰ ਦੇ ਵਿੱਚ ਸੱਟਾਂ ਆ, ਸੱਜੀ ਬਾਂਹ 'ਤੇ ਸੱਟਾਂ ਆ, ਲੱਕ ਦੇ ਵਿੱਚ ਸੱਟਾਂ ਆ, ਅਤੇ ਅਸੀਂ ਸਰਕਾਰ ਤੋਂ ਇਨਸਾਫ ਚਾਹੁੰਦੇ ਹਾਂ ਕਿ ਇਹੋ ਜਿਹੇ ਬੰਦਿਆਂ ਨੂੰ ਨਾ ਪਾਈ ਜਾਵੇ। ਇਹ ਜੋ ਇਨਸਾਨੀਅਤ ਦਾ ਜਿਹੜਾ ਘਾਣ ਹੋ ਰਿਹਾ ਹੈ ਇਹਨੂੰ ਬਚਾਇਆ ਜਾਵੇ। ਸਲਾਮ ਜੀ, ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਸੀ ਕੋਈ ਇਹਨਾਂ ਦੀ? ਨਹੀਂ ਸਰ, ਇਹ ਪਹਿਲਾਂ ਇਕੱਠੇ ਹੀ ਦੱਸਦੇ, ਇਹਨਾਂ ਦੇ ਨਾਲ ਦੇ ਸਾਥੀਆਂ ਤੋਂ ਹੀ ਪਤਾ ਕੀਤਾ ਲੜਕਿਆਂ ਤੋਂ, ਕਹਿੰਦੇ ਇਕੱਠੇ ਹੀ ਆ ਕਿ ਕੋਈ ਪੁਰਾਣੀ ਰੰਜਿਸ਼। ਅੱਜ ਤੋਂ 4 ਦਿਨ ਪਹਿਲਾਂ ਇਹਨੇ ਲੜਕੇ ਨੇ 100 ਰੁਪਈਆ ਮੰਗਿਆ ਲੱਕੀ ਪਾਟਾ, ਕੋਈ ਨਿਊ ਅੰਮ੍ਰਿਤਸਰ ਰਹਿੰਦਾ ਹੈ, ਕਿਉਂਕਿ ਇੱਥੇ ਪਹਿਲਾਂ ਵੀ ਆਉਂਦੇ ਕੇਸ ਹੈਗੇ ਇਹੋ ਜਿਹੇ ਵੱਢ ਫੜਦੇ। ਇਹਨਾਂ ਦੇ ਨਾਲ ਦੇ ਸਾਥੀਆਂ ਤੋਂ ਮੈਨੂੰ ਪਤਾ ਲੱਗ ਗਿਆ ਕਿ ਪਹਿਲਾਂ ਵੀ ਇਹੋ ਕੰਮ ਹੀ ਕਰਦਾ ਹੈ। ਤੁਸੀਂ ਇਸ ਸੰਬੰਧੀ ਕੋਈ ਪੁਲਿਸ ਕੰਪਲੇਂਟ ਕਰਾਈ ਆ? ਜੀ, ਕਰਾਈ ਆ ਜੀ। ਅਤੇ ਪੁਲਿਸ ਆਈ ਮੌਕੇ 'ਤੇ ਕਿ ਨਹੀਂ? ਉਸ ਮੌਕੇ 'ਤੇ ਆਈ ਅਸੀਂ, ਉੱਥੇ ਇੱਕ ਸੁਖਬੀਰ ਸਿੰਘ ਆ ਜਿਹੜਾ ਡਿਊਟੀ ਇੰਚਾਰਜ ਆ, ਉਹਦੇ ਕੋਲ ਹੁਣ ਅਸੀਂ ਹੋ ਕੇ ਆਏ ਹਾਂ। ਉਹ ਇਸ ਵੇਲੇ ਕੋਰਟ 'ਚ ਆ, ਅਤੇ ਉਹ SHO ਸਾਹਿਬ ਨੂੰ ਮਿਲ ਕੇ ਆਏ ਹਾਂ, ਅਤੇ SHO ਸਾਹਿਬ ਕਹਿੰਦਾ ਕਿ ਜੋ ਤੁਹਾਡੀ ਡਾਟ 'ਤੇ ਆਏਗਾ ਅਸੀਂ ਉਹ ਕਾਰਵਾਈ ਕਰਾਂਗੇ। ਤੁਸੀਂ ਹੁਣ ਕੀ ਮੰਗ ਕਰਦੇ? ਅਸੀਂ ਮੰਗ ਇਹੀ ਕਰਦੇ ਹਾਂ ਕਿ ਸਰ ਸਾਨੂੰ ਇਨਸਾਫ ਦਿੱਤਾ ਜਾਵੇ। ਉਹ ਸ਼ਾਦੀ ਲੜਕਾ ਹੈ, ਉਹਦੀ ਘਰਵਾਲੀ ਤੁਸੀਂ ਦੇਖੀ ਆ, ਖਲੋਤੀ ਆ, ਰੋ ਰਹੀ ਆ ਕਿ ਜੀ ਉਹ ਚਲੋ ਜੇ ਦਲਦਲ ਦੇ ਵਿੱਚ ਫਸਿਆ ਸੀ ਕਿ ਉਹ ਨਸ਼ਾ ਛੱਡ ਕੇ
ਇੱਕ ਡੇਲੀ ਗੁਰੂ ਨਾਨਕ ਹਸਪਤਾਲ ਤੋਂ ਦਵਾਈ ਖਾਣ ਆਉਂਦਾ ਆ। ਇਹ ਲੇਕਿਨ ਇਹੋ ਜਿਹੇ ਗੁੰਡੇ ਅਨਸਰ ਹੈ ਜਿਹੜੇ ਉਹ ਇਹਨਾਂ ਕੋਲ 100 ਰੁਪਈਆ ਮੰਗਦੇ ਆ, 100 ਰੁਪਈਏ ਤੋਂ ਉਹਨਾਂ ਦਾ ਝਗੜਾ ਆਇਆ ਆ। ਇਹ ਵੱਧ ਹੀ ਰੰਜਿਸ਼ ਅੱਜ ਵੱਢ ਫੱਟ ਤੱਕ ਆ ਗਈ ਆ। ਅਤੇ ਬਾਕੀ ਤੁਸੀਂ ਸਰ ਸਾਰਾ ਦੇਖਿਆ ਮੌਕੇ 'ਤੇ ਕਿਸ ਤਰ੍ਹਾਂ ਦਾ ਇਹਦੇ ਹਾਲਾਤ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੜੇ ਗੁਰੂ ਨਾਨਕ ਹਸਪਤਾਲ ਗੁੰਡੇ ਆ ਇਹਨਾਂ ਨੂੰ ਨੱਥ ਪਾਈ ਜਾਵੇ। ਲੱਕੀ ਪਾਟੇ ਦੇ ਨਾਲ ਹੋਰ ਕਿੰਨੇ ਕੁੱਲ ਬੰਦੇ ਸੀ? 8 ਤੋਂ 9 ਬੰਦੇ ਦੱਸਦੇ ਆ ਜੀ। ਅਤੇ ਉਹ ਜੋ ਖੂਨ ਦੀ ਵੀਡੀਓ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਅਸੀਂ ਸਾਰੀ ਖੂਨ ਦੀ ਵੀਡੀਓ ਬਣਾਈ ਆ, ਉਹ ਤੁਹਾਨੂੰ ਅਸੀਂ ਭੇਜ ਦਿੰਦੇ ਹਾਂ ਕਿੰਨਾ ਉੱਥੇ ਖੂਨ ਡੁਲਾਏ, ਸਾਰੀ ਤੁਹਾਡੇ ਕੋਲ ਆ ਜਾਏਗੀ ਸਰ। ਹਾਂਜੀ ਸਰ, ਜਿਹੜਾ ਬਾਹਰ ਝਗੜਾ ਹੋਇਆ ਗੁਰੂ ਨਾਨਕ ਹਸਪਤਾਲ ਦੇ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਸਾਨੂੰ ਇੰਟੀਮੇਸ਼ਨ ਆਈ ਹੈਗੀ ਆ, ਪਾਰਟੀ ਜਿਹੜੀ ਹੈਗੀ ਆ ਦਾਖਲ ਹੋਈ ਹੈਗੀ ਆ, ਅਤੇ ਉਹਦੀ ਐਮਐਲਏ ਮੁਤਾਬਕ ਅਸੀਂ ਜਿਹੜੇ ਬਿਆਨ ਦੇ ਕਰ ਰਹੇ ਕੰਮ ਚਲਾਈ ਜਾਵੇਗੀ। ਸਰ, ਇਹਦੇ ਵਿੱਚ ਪਤਾ ਲੱਗਿਆ ਕੋਈ ਲੱਕੀ ਪਾਟਾ ਨਾਂ ਦਾ ਕੋਈ ਬੰਦਾ ਕ੍ਰਿਮੀਨਲ ਮਾਈਂਡ ਅੱਗੇ ਵੀ ਮਾਮਲੇ ਦਰਜ ਆ? ਕੈਮਰਾ ਸਰ, ਉਹਨੇ ਜਿਹੜਾ ਵਾ ਵੀ ਉੱਥੇ ਮਤਲਬ ਮੁੰਡੇ 'ਤੇ ਅਟੈਕ ਕੀਤਾ, ਕਾਫੀ ਸੀਰੀਅਸ ਸੱਟਾਂ ਮਾਰੀਆਂ? ਮੇਰੇ ਇਸ ਰਿਗਾਰਡਿੰਗ ਨੋਟਿਸ ਹੀ ਨਹੀਂ ਆਇਆ ਹੈਗਾ, ਮੇਰੇ ਰਿਗਾਰਡਿੰਗ ਇਸ ਝਗੜਾ ਹੋਇਆ ਹੈਗਾ ਅਤੇ ਬੰਦਾ ਦਾਖਲ ਹੈਗਾ ਆ, ਅਤੇ ਜੋ ਉਹਦੇ ਮੁਤਾਬਕ ਬਿਆਨ ਉਹਦੇ ਘਰ ਅੰਮ੍ਰਿਤ ਲਿਆਂਦੀ ਜਾਵੇਗੀ। ਠੀਕ ਹੈ, ਧੰਨਵਾਦ ਸਰ। ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ। ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵੱਸ ਦੇ ਵਿੱਚ ਕਰਵਾਓ, ਹਰ ਸਮੱਸਿਆ ਦਾ ਸਮਾਧਾਨ ਕਰਵਾਓ। ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛੁਟਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ, ਪਤੀ ਪਤਨੀ ਦੇ ਵਿੱਚ ਕਲੇਸ਼, ਲਾਟਰੀ ਸੱਟਾ ਨੰਬਰ, ਜਾਦੂ ਟੋਣਾ, ਕੀਤਾ ਕਿਰਾਇਆ, ਰੁੱਸੇ ਨੂੰ ਬਣਾਉਣਾ, ਵੀਜ਼ਾ ਪ੍ਰੋਬਲਮ, ਗ੍ਰੀਨ ਕਾਰਡ, ਹੁਣੇ ਕਾਲ ਕਰੋ।